ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪਟਵਾਰੀ ਦਾ ਪੇਪਰ 14 ਮਈ ਨੂੰ ਹੋਣ ਜਾ ਰਿਹਾ ਹੈ ਇਸ ਪੇਪਰ ਨੂੰ ਲੈ ਕੇ ਬਹੁਤ ਸਾਰੇ ਕੁਐਸਚਨ ਬਾਰ-ਬਾਰ ਮੈਨੂੰ ਪੁੱਛੇ ਜਾ ਰਹੇ ਹਨ ਜਿਵੇਂ ਕਿ ਪੇਪਰ ਦਾ ਸੈਂਟਰ ਕਿੱਥੇ ਹੋਊਗਾ ਇੱਕੋ ਟਾਈਮ ਦੇ ਉੱਤੇ ਦੋਨੇ ਪੇਪਰ ਹੋਣਗੇ ਜਾਂ ਫਿਰ ਗੈਪ ਮਿਲੇਗਾ ਦੋਨਾਂ ਦੇ ਵਿੱਚ ਠੀਕ ਹੈ ਹੋਰ ਵੀ ਬਹੁਤ ਸਾਰੇ ਕੁਐਸਚਨ ਐਡਮਿਟ ਕਾਰਡ ਨੂੰ ਲੈ ਕੇ ਪੁੱਛੇ ਜਾ ਰਹੇ ਹਨ ਸਾਰਾ ਕੁਝ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਕਲੀਅਰ ਕਰਾਂਗਾ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾਓ ਅਤੇ ਪਟਵਾਰੀ ਦੇ ਲਈ ਮੈਂ 5 ਸਪੈਸ਼ਲ ਮੌਕ ਟੈਸਟ ਬਣਾਏ ਹਨ 10 ਮੌਕ ਟੈਸਟ ਪੰਜਾਬੀ ਦੇ ਪੇਪਰ ਦੇ ਅਤੇ 6 ਮਹੀਨੇ ਦੀ ਮਾਰਚ ਤੱਕ ਦੀ ਕਰੰਟ ਅਫੇਅਰ ਠੀਕ ਹੈ ਪੰਜਾਬੀ ਅਤੇ ਇੰਗਲਿਸ਼ ਦੋਨੋਂ ਲੈਂਗੁਏਜ ਵਿੱਚ ਇਹ ਪੰਜ ਮੌਕ ਟੈਸਟ ਮਿਲ ਜੂਗੇ ਮੈਥ ਤੇ ਰੀਜ਼ਨਿੰਗ ਦਾ ਸੋਲੂਸ਼ਨ ਵੀ ਦਿੱਤਾ ਹੈ ਅਨਸਰ ਕੀ ਵੀ ਨਾਲ ਦਿੱਤੀ ਹੈ ਠੀਕ ਹੈ ਪੀਡੀਐਫ ਪ੍ਰੂਫ ਦੇ ਵਿੱਚ ਤੁਹਾਨੂੰ ਤਿੰਨੇ ਚੀਜ਼ਾਂ ਮਿਲ ਜੂਗੀਆਂ ਸਿਰਫ 150 ਰੁਪਏ ਦੇ ਵਿੱਚ ਆਪਣੀ ਤਿਆਰੀ ਨੂੰ ਅੰਤਿਮ ਛੋਹਾਂ ਤੁਸੀਂ ਇਹਨਾਂ ਮੌਕ ਟੈਸਟ ਰਾਹੀਂ ਦੇ ਸਕਦੇ ਆ ਠੀਕ ਹੈ ਇਹ ਪੀਡੀਐਫ ਪ੍ਰੂਫ ਦੇ ਵਿੱਚ ਤੁਹਾਨੂੰ ਵਟਸਐਪ ਦੇ ਉੱਤੇ ਮਿਲਣਗੀਆਂ ਤਿੰਨੇ ਪੀਡੀਐਫ ਮੇਰੇ ਇਸ ਨੰਬਰ ਦੇ ਉੱਤੇ 150 ਸੈਂਡ ਕਰਕੇ Google Pay, PhonePe ਜਾਂ Paytm ਰਾਹੀਂ ਤੁਸੀਂ ਸਕਰੀਨਸ਼ਾਟ ਇਸੇ ਨੰਬਰ ਦੇ ਉੱਤੇ ਭੇਜ ਦਿਓ ਤਾਂ ਇਹ ਸਾਰੇ ਕੁਸ਼ਤ ਦੀ PDF ਤੁਹਾਨੂੰ ਨਾਲ ਦੀ ਨਾਲ ਮਿਲ ਜਾਊਗੀ ਜਦੋਂ ਵੀ ਸਕਰੀਨਸ਼ਾਟ ਮੇਰੇ ਕੋਲ ਪਹੁੰਚ ਗਿਆ ਠੀਕ ਹੈ ਇਸ ਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਆ ਤੁਸੀਂ ਜੇ ਤੁਸੀਂ ਇਹ ਮੁਕ ਟੈਸਟ ਅਤੇ ਕਰੰਟ ਅਫੇਅਰ ਦੀ PDF ਲੈਣਾ ਚਾਹੁੰਦੇ ਹੋ ਚਲੋ ਹੁਣ ਤੁਹਾਡੇ ਮੈਂ ਡਾਊਟ ਕਲੀਅਰ ਕਰਦਾ ਹਾਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ ਪੇਪਰ ਹੈ ਇਹ MCQ ਟਾਈਪ ਹੋਊਗਾ ਠੀਕ ਹੈ ਆਫਲਾਈਨ ਪੇਪਰ ਹੋਊਗਾ ਤੇ 2 ਘੰਟੇ 30 ਮਿੰਟ ਦੀ ਟਾਈਮਿੰਗ ਹੈ ਜਾਨੀ ਕਿ ਢਾਈ ਘੰਟੇ ਤੁਹਾਨੂੰ ਮਿਲਣਗੇ ਪੇਪਰ A ਅਤੇ ਪੇਪਰ B ਕਰਨ ਦੇ ਲਈ ਪੇਪਰ A 50 ਨੰਬਰ ਦਾ ਹੈ 25 ਨੰਬਰ ਲੈਣੇ ਇਸ ਦੇ ਵਿੱਚ ਜ਼ਰੂਰੀ ਹੈ ਪੇਪਰ B 100 ਨੰਬਰ ਦਾ ਹੈ ਇਸ ਦੇ ਵਿੱਚ ਨੈਗੇਟਿਵ ਮਾਰਕਿੰਗ ਹੈ ਪੇਪਰ A ਦੇ ਵਿੱਚ ਜੋ ਤੁਹਾਡਾ ਪੰਜਾਬੀ ਦਾ ਪੇਪਰ ਹੈ ਉਸ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਪਰ ਉਸ ਦੇ ਵਿੱਚ ਹਾਫ ਨੰਬਰ ਲੈਣੇ ਜ਼ਰੂਰੀ ਹੈ ਜਾਨੀ ਕਿ ਪੰਜਾਬ ਵਿੱਚੋਂ 25 ਨੰਬਰ ਲੈਣੇ ਜ਼ਰੂਰੀ ਹੈ ਠੀਕ ਹੈ ਸੋ ਧਿਆਨ ਨਾਲ ਤੁਸੀਂ ਕਰਨਾ ਹੈ ਪੇਪਰ ਤੇ ਜੋ ਪਹਿਲਾਂ ਗਲਤੀਆਂ ਹੋਈਆਂ ਉਹ ਤੁਸੀਂ ਨਹੀਂ ਕਰਨੀਆਂ ਜਿਵੇਂ ਕਿ ਤੁਹਾਡਾ ਜਿਹੜਾ ਸੈਂਟਰ ਹੈ ਜ਼ਿਆਦਾਤਰ ਸੈਂਟਰ ਚੰਡੀਗੜ੍ਹ ਅਤੇ ਮੋਹਾਲੀ ਦੇ ਵਿੱਚ ਬਣ ਰਹੇ ਆ ਪਿਛਲੀ ਵਾਰ ਬਹੁਤ ਸਾਰੇ ਕੈਂਡੀਡੇਟ ਖੱਜਲ ਖਵਾਰ ਹੋਏ ਆ ਠੀਕ ਹੈ ਬੱਸਾਂ ਪਰ ਪਰ ਕੇ ਆ ਰਹੀਆਂ ਸੀ ਇਸ ਵਾਰ ਜੇ ਹੋ ਸਕੇ ਤਾਂ ਤੁਸੀਂ ਇੱਕ ਦਿਨ ਪਹਿਲਾਂ ਆ ਜਿਓ ਪੇਪਰ ਦੇਣ ਤਾਂ ਜੋ ਖੱਜਲ ਖਵਾਰੀ ਹੈ ਜਿਹੜੀ ਉਹ ਕੱਟ ਹੋ ਸਕੇ ਠੀਕ ਹੈ ਕਿਉਂਕਿ ਸਰਕਾਰ ਤੋਂ ਆਪਾਂ ਇੰਨੀ ਉਮੀਦ ਨਹੀਂ ਕਰ ਸਕਦੇ ਕਿ ਸਰਕਾਰ ਆਪਣੇ ਲਈ ਕੋਈ ਪ੍ਰਬੰਧ ਕਰ ਦੂਗੀ ਜਾਂ ਪੇਪਰ ਆਪਣਾ ਨੇੜੇ ਹੋ ਜਾਊਗਾ ਪੇਪਰ ਇਸ ਵਾਰ ਵੀ ਬਹੁਤ ਸਾਰੇ ਕੈਂਡੀਡੇਟ ਦਾ ਦੂਰ ਹੀ ਆਉਣ ਵਾਲਾ ਚੰਡੀਗੜ੍ਹ ਮਹਲ ਲਈ ਆਉਣ ਵਾਲਾ ਜਿਹੜੇ ਕੈਂਡੀਡੇਟ ਬਠਿੰਡਾ ਸਾਈਡ ਦੇ ਆ ਜਾਂ ਬੋਰਵਾਲ ਦੇ ਆ ਠੀਕ ਹੈ ਸੋ ਸਰਕਾਰ ਤੋਂ ਇਸ ਤਰ੍ਹਾਂ ਦੀ ਉਮੀਦ ਆਪਾਂ ਨਹੀਂ ਕਰ ਸਕਦੇ ਸੋ ਆਪਾਂ ਨੂੰ ਹੀ ਦੇਖਣਾ ਪੈਣਾ ਕਿ ਆਪਾਂ ਟਾਈਮ ਸਿਰ ਪਹੁੰਚੀਏ ਤਾਂ ਇਸ ਦਾ ਇਹੀ ਹੈ ਕਿ ਥੋੜੀ ਜੀ ਤਕਲੀਫ ਲੈ ਕੇ ਆਪਾਂ ਇੱਕ ਦਿਨ ਪਹਿਲਾਂ ਆ ਜਾਈਏ ਤਾਂ ਜੋ ਆਪਣਾ ਪੇਪਰ ਵਧੀਆ ਢੰਗ ਨਾਲ ਹੋ ਜੇ ਠੀਕ ਹੈ ਸੋ ਤੁਸੀਂ ਇੱਕ ਦਿਨ ਪਹਿਲਾਂ ਆ ਜਿਓ ਜੇ ਤੁਹਾਡਾ ਪੇਪਰ ਚੰਡੀਗੜ੍ਹ ਮਹਾਲੀ ਆਉਂਦਾ ਤੁਸੀਂ ਦੂਰ ਤੋਂ ਆਉਣਾ ਹੈ ਠੀਕ ਹੈ ਸੋ ਦੋ ਪੇਪਰ ਇੱਕੋ ਟਾਈਮ ਦੇ ਉੱਤੇ ਹੋਣੇ ਆ 2.5 ਘੰਟੇ ਤੁਹਾਨੂੰ ਮਿਲਣਗੇ ਠੀਕ ਹੈ 2.5 ਘੰਟੇ ਦੋਨਾਂ ਪੇਪਰ ਨੂੰ ਕਰਨ ਲਈ ਮਿਲਣਗੇ ਠੀਕ ਹੈ ਤੇ ਹੁਣ ਆਪਾਂ ਗੱਲ ਕਰੀਏ ਐਡਮਿਟ ਕਾਰਡ ਦੀ ਐਡਮਿਟ ਕਾਰਡ ਤੁਹਾਡਾ ਆਊਗਾ 9 ਤਰੀਕ ਨੂੰ ਠੀਕ ਹੈ PTU+VB ਬੋਰਡ ਦੇ ਐਡਮਿਟ ਕਾਰਡ ਪੇਪਰ ਤੋਂ 4 ਜਾਂ 5 ਦਿਨ ਪਹਿਲਾਂ ਆ ਜਾਂਦੇ ਆ 9 ਤਰੀਕ ਨੂੰ ਤੁਹਾਨੂੰ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਹਾਡਾ ਪੇਪਰ ਕਿਸ ਸਿਟੀ ਦੇ ਵਿੱਚ ਹੋਣ ਜਾ ਰਿਹਾ ਹੈ ਉਸ ਦੇ ਅਕੋਰਡਿੰਗ ਆਪਣਾ ਤੁਸੀਂ ਆਉਣ ਦਾ ਪ੍ਰਬੰਧ ਕਰ ਲਿਓ ਠੀਕ ਹੈ ਅਤੇ ਪੇਪਰ ਹੈ ਜਿਹੜਾ ਤੁਹਾਡਾ ਇਸ ਦੀ ਟਾਈਮਿੰਗ ਟਾਈਮਿੰਗ ਤੁਹਾਨੂੰ ਐਡਮਿਟ ਕਾਰਡ ਦੇ ਆਉਣ ਦੇ ਉੱਤੇ ਹੀ ਪਤਾ ਲੱਗੇਗੀ ਮੇਰੇ ਹਿਸਾਬ ਨਾਲ ਪੇਪਰ ਦੀ ਟਾਈਮਿੰਗ 11 ਵਜੇ ਦੇ ਆਸ-ਪਾਸ ਹੋਊਗੀ ਠੀਕ ਹੈ 11 ਵਜੇ ਦੇ ਆਸ-ਪਾਸ ਤੁਹਾਡਾ ਇੱਕੋ ਸ਼ਿਫਟ ਦੇ ਵਿੱਚ ਪੇਪਰ ਹੋਣ ਦੇ ਚਾਂਸ ਹੈ ਠੀਕ ਹੈ ਪਟਵਾਰੀ ਦਾ ਇਹ ਪੇਪਰ ਇੱਕੋ ਸ਼ਿਫਟ ਦੇ ਵਿੱਚ ਹੋਊਗਾ ਜਾਨੀ ਕਿ ਸਾਰੇ ਕੈਂਡੀਡੇਟ ਦਾ ਇੱਕੋ ਟਾਈਮ ਦੇ ਉੱਤੇ ਇੱਕੋ ਸ਼ਿਫਟ ਦੇ ਵਿੱਚ ਹੋ ਜਾਊਗਾ ਅਤੇ ਜੋ ਮੈਨੂੰ ਲੱਗਦਾ ਹੈ ਫਿਲਹਾਲ ਕੋਈ ਵੀ ਡੇਟ ਨਹੀਂ ਆਈ ਕਿ ਇੰਨੇ ਵਜੇ ਪੇਪਰ ਹੋਊਗਾ ਪਰ 11 ਵਜੇ ਤੁਹਾਡਾ ਪੇਪਰ ਸ਼ੁਰੂ ਹੋਣ ਦੇ ਪੂਰੇ-ਪੂਰੇ ਚਾਂਸ ਹੈ ਠੀਕ ਹੈ ਬਾਕੀ ਐਡਮਿਟ ਕਾਰਡ ਆਉਣ ਦੇ ਉੱਤੇ ਕਲੀਅਰ ਹੋ ਜਾਊਗਾ ਤੇ ਇਨਸਟਰਕਸ਼ਨਸ ਵੀ ਮੈਂ ਤੁਹਾਨੂੰ ਦੱਸੂਗਾ ਕੀ ਤੁਸੀਂ ਲੈ ਕੇ ਜਾਣਾ ਕੀ ਨਹੀਂ ਕਰਨਾ ਠੀਕ ਹੈ ਜਦੋਂ ਵੀ ਐਡਮਿਟ ਕਾਰਡ ਆਗੇ ਮੇਰੇ ਨੰਬਰ ਦੇ ਉੱਤੇ ਮੈਸੇਜ ਜ਼ਰੂਰ ਕਰ ਲਓ ਸਾਰੇ ਜਣੇ ਤਾਂ ਜੋ ਤੁਹਾਨੂੰ ਇਸ ਪੇਪਰ ਨਾਲ ਰਿਲੇਟਡ ਕੋਈ ਵੀ ਅਪਡੇਟ ਹੋਵੇ ਮੈਂ ਸਟੇਟਸ ਪਾ ਕੇ ਦੱਸ ਸਕਾਂ ਠੀਕ ਹੈ ਜੇ ਨੋਟਸ ਲੈਣਾ ਤਾਂ ਵੀ ਮੈਸੇਜ ਕਰ ਲਓ ਧੰਨਵਾਦ